ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ, ਤਾਂ ਮੇਰਾ ਨਾਮ ਜਸਵਿੰਦਰ ਸਿੰਘ ਬਾਦ। ਅੱਜ ਅਸੀਂ ਲਿਬਰਟੀ ਮਾਰਕੀਟ ਆਏ ਹਾਂ, ਤਾਂ ਇੱਥੇ ਦੇ ਨਜ਼ਾਰੇ ਲੈਂਦੇ ਹਾਂ, ਇੱਥੇ ਦੇ ਲੋਕਾਂ ਦੇ ਨਾਲ ਗੱਪਸ਼ੱਪ ਮਾਰਦੇ ਹਾਂ, ਉਹਨਾਂ ਦੀ ਕਹਾਣੀਆਂ ਅਸੀਂ ਸੁਣਦੇ ਹਾਂ, ਉਹਨਾਂ ਦਾ ਕੰਮਕਾਰ ਕਿਸ ਤਰ੍ਹਾਂ ਆ, ਕਰੋਨਾ ਕਿਸ ਤਰ੍ਹਾਂ ਉਹਨਾਂ ਨੂੰ ਅਫੈਕਟ ਕੀਤਾ, ਤਾਂ ਉਹਨਾਂ ਨੇ ਕੀ ਹਾਲਾਤ ਉਹਨਾਂ ਨੇ ਭੁਗਤੇ, ਉਹਨਾਂ ਨਾਲ ਅਸੀਂ ਪੁੱਛਦੇ, ਉਹਨਾਂ ਨਾਲ ਗੱਲਬਾਤ ਕਰਦੇ। ਹੋਰ ਅਸੀਂ ਦੇਖਦੇ ਹਾਂ ਕਿ ਦੁਕਾਨਾਂ ਇੱਥੇ ਕਿਸ ਤਰ੍ਹਾਂ ਦੀਆਂ ਆ, ਕੀ ਵੇਚਦੇ ਆ। ਤਾਂ ਹਜੇ ਤਾਂ ਵੈਸੇ ਰਸ਼ ਨਹੀਂ ਹੈਗਾ ਆ, ਰਸ਼ ਤਾਂ ਮੈਂ ਸੁਣਿਆ 6 ਵਜੇ ਤੋਂ ਬਾਅਦ ਹੀ ਹੁੰਦਾ, ਪਰ ਹਜੇ ਅਸੀਂ ਦੇਖਦੇ ਹਾਂ ਕਿਸ ਤਰ੍ਹਾਂ ਆ ਮਾਹੌਲ ਆ, ਕੀ ਵੇਚਦੇ, ਖਾਣੇ ਦੀਆਂ ਕੀ ਜਗ੍ਹਾ ਆ, ਦੁਕਾਨਾਂ ਕਿਸ ਤਰ੍ਹਾਂ ਦੀਆਂ ਆ। ਸੋ ਆਓ ਮੇਰੇ ਨਾਲ ਦੇਖੋ ਲਿਬਰਟੀ ਮਾਰਕੀਟ। ਹਾਂਜੀ ਜਨਾਬ, ਆਪਣਾ ਨਾਂ ਦੱਸੋ। ਮੇਰਾ ਨਾਂ ਜੀ ਸ਼ਬੀਰ ਖਾਨ। ਤਾਂ ਤੁਸੀਂ ਇੱਥੇ ਲਾਹੌਰ ਦੇ ਹੀ ਰਹਿਣ ਵਾਲੇ? ਜੀ ਅਲਹਮਦੁਲਿਲਾ, ਮੈਂ ਲਾਹੌਰ ਸ਼ਹਿਰ ਦਾ ਰਹਿਣ ਵਾਲਾ, ਸਮਨਾਬਾਦ ਦਾ। ਵਾਹ ਜੀ ਵਾਹ, ਤਾਂ ਤੁਸੀਂ ਕੰਮ ਕੀ ਕਰਦੇ ਆ? ਮੈਂ ਜੁਲਰੀ ਦਾ ਕੰਮ ਕਰਨਾ, ਆਪਸੇ ਜੁਲਰ। ਵਾਹ ਵੀ ਵਾਹ। ਤਾਂ ਇੱਕ ਗੱਲ ਮੈਨੂੰ ਹੋਰ ਦੱਸੋ, ਇੱਥੇ ਹੋਰ ਕੀ ਦੇਖਣ ਵਾਲਾ ਆ? ਇੱਥੇ ਲਾਹੌਰ ਸ਼ਹਿਰ ਤਾਂ ਪੂਰਾ ਹੀ ਦੇਖਣ ਵਾਲਾ, ਮਾਸ਼ਾਅੱਲਾ। ਤੋ ਲਾਹੌਰ ਦੀ ਜਿਸ ਵੀ ਜਗ੍ਹਾ ਤੇ ਚਲੇ ਜਾਓ, ਤੁਹਾਨੂੰ ਮਾਸ਼ਾਅੱਲਾ ਹਰ ਜਗ੍ਹਾ ਤੇ ਮਜ਼ਾ ਹੀ ਆਏਗਾ। ਵਾਹ ਜੀ ਵਾਹ, ਹਰ ਜਗ੍ਹਾ ਤੇ। ਇੱਥੇ ਖਾਣ ਦਾ ਖਾਣ ਪੀਣ ਖਾਈਏ, ਮੈਂ ਤੁਹਾਨੂੰ ਕਹਿ ਰਿਹਾ ਜੋ ਮਰਜ਼ੀ ਖਾ ਲਓ, ਕਿਸੇ ਰੇਹੜੀ ਦਾ ਵੀ ਖਾ ਲਓ, ਤੁਸੀਂ ਕਹੋਗੇ ਅਸੀਂ 5-star ਹੋਟਲ ਤੋਂ ਖਾਦਾ। ਵਾਹ ਜੀ ਵਾਹ। ਜੀ ਜਨਾਬ, ਦੱਸੋ ਤੁਸੀਂ ਕੀ ਵੇਚਦੇ ਆ? ਜੀ ਸਰ, ਖੁੱਸੇ ਵੇਚ ਰਹੇ ਹਾਂ, ਟਰਾਊਜ਼ਰ ਵੇਚ ਰਹੇ ਹਾਂ। ਟਰਾਊਜ਼ਰ ਖੁੱਸੇ? ਹਾਂਜੀ। ਕਿਸ ਤਰ੍ਹਾਂ ਦੇ, ਕੀ ਕਿਸ ਤਰ੍ਹਾਂ ਦੇ ਡਿਜ਼ਾਈਨ ਆ, ਤੁਸੀਂ ਦੱਸੋ। ਸਰ ਇਹ ਲੈਦਰ ਸੋਲ ਦੇ ਵਿੱਚ ਬਣਿਆ ਹੈ, ਲੈਦਰ ਸੋਲ ਦੇ ਵਿੱਚ ਬੜੀ ਪਿਆਰੀ ਚੀਜ਼ ਹੈ ਚਮੜੇ ਦੇ ਵਿੱਚ। ਹਾਂਜੀ। ਅਤੇ ਉਸ ਤੋਂ ਬਾਅਦ ਰੈਕਸ਼ਨ ਦੇ ਵਿੱਚ ਫੈਂਸੀ, ਤਕਰੀਬਨ ਸਾਰੀ ਵਰਾਇਟੀ ਜਿਹੜੀ ਹੈ ਨਾ, ਤਕਰੀਬਨ 6 ਦੀ ਪਈ ਸਾਰੀ ਵਰਾਇਟੀ। ਹਾਂਜੀ। ਪਰ ਇੱਥੇ ਇਸ ਲਾਹੌਰ ਦਾ ਖਾਸ ਖਾਣਾ ਕੀ ਹੈ ਜੀ? ਇੱਕ ਆਈਟਮ ਨਹੀਂ, ਤੁਹਾਨੂੰ ਸਾਰੀ ਆਈਟਮਾਂ ਖਾਸ ਨੇ, ਹੁਣ ਕਿਹੜੀ ਤੁਹਾਨੂੰ ਦੱਸੀ ਮੈਂ? ਤੁਸੀਂ ਦੱਸੋ। ਜੇ ਤੁਸੀਂ ਸਵੇਰ ਨਾਸ਼ਤੇ ਜਾਣਾ, ਤਾਂ ਸਭ ਤੋਂ ਪਹਿਲੇ ਨਾਸਰ ਚਨੇ ਦੇ ਚਨੇ, ਨਾਸਰ ਚਨੇ ਜੀ, ਮੁਰਗ ਚਨੇ। ਉਸ ਤੋਂ ਬਾਅਦ ਜੇ ਤੁਸੀਂ ਦੁਪਹਿਰ ਨੂੰ ਤਾਂ ਕੁਛ ਖਾਣਾ, ਤਾਂ ਫਿਰ ਤੁਸੀਂ ਸਾਰੇ ਅੰਦਰੂਨ ਸ਼ਹਿਰ 'ਚ ਚਲੇ ਜਾਓ। ਹਾਂਜੀ। ਕੋਈ ਤੁਹਾਨੂੰ ਉੱਥੇ ਨਿਹਾਰੀ ਮਿਲੇਗੀ ਬਹੁਤ ਜ਼ਬਰਦਸਤ, ਹਾਜੀ ਦੀ, ਵਾਰਸ ਦੀ ਨਿਹਾਰੀ, ਨਾਲ ਸ੍ਰੀ ਪਾਏ ਮਿਲਣਗੇ ਤੁਹਾਨੂੰ, ਸੁਬਹ ਟਾਈਮ ਵੀ ਅਤੇ ਨਾਲ ਪਿਛਲੇ ਟਾਈਮ ਮਿਲਦੇ ਨੇ ਉਹ। ਉਸ ਤੋਂ ਬਾਅਦ ਤੁਸੀਂ ਅਗਰ ਕੁਛ ਹੋਰ ਖਾਣਾ ਪੀਣਾ, ਤਾਂ 100 ਚੀਜ਼ਾਂ ਹੈਗੀਆਂ ਲਾਹੌਰ ਦੇ ਵਿੱਚ। ਸ਼ਾਮ ਦਾ ਖਾਣਾ ਤੁਸੀਂ ਖਾਨ ਬਾਬਾ ਹੋਟਲ। ਤਾਂ ਇੱਥੇ ਕਸਟਮਰ ਕਿਸ ਤਰ੍ਹਾਂ ਦੇ ਆਉਂਦੇ ਆ? ਕਸਟਮਰ ਦੀ ਰਣਨੀਤੀ ਅੱਛੀ ਹੈ, ਅੱਛਾ ਕਸਟਮਰ ਆਉਂਦਾ, ਅੱਛਾ ਕਸਟਮਰ ਆਉਂਦੇ, ਇੰਟਰਨੈਸ਼ਨਲ ਮਾਰਕੀਟ ਹੈ ਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਫਿਰ ਅੱਛੀ ਚੀਜ਼ ਹੀ, ਯਾਨੀ ਕਿ ਅੱਛੀ ਚੀਜ਼ ਆਉਂਦੀ ਆ। ਹਾਂਜੀ। ਤਾਂ ਤੁਹਾਡੇ ਪ੍ਰਾਈਸਿਸ ਕਿਸ ਤੋਂ ਸ਼ੁਰੂ, ਕਿਸ ਤੋਂ ਸਭ ਤੋਂ ਮਹਿੰਗੇ? ਇੱਥੇ ਪ੍ਰਾਈਸਿਸ ਜਿਹੜੀ ਹੈ ਨਾ, ਤਕਰੀਬਨ 600 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ। ਹਾਂਜੀ। ਤੇ ਸਾਡੇ ਕੋਲ ਜਿਹੜੀ ਵਰਾਇਟੀ ਹੁੰਦੀ ਵੀ 2000 ਰੁਪਏ ਤੱਕ ਤਕਰੀਬਨ ਜਾਂਦੀ ਹੈ। 2000 ਦੇ ਡਿਜ਼ਾਈਨ ਦਿਖਾਓ ਕਿਸ ਤਰ੍ਹਾਂ ਦੇ? ਮੈਂ ਦਿਖਾ ਦਿੰਦਾ ਹਾਂ, ਤੁਸੀਂ ਇਹ ਉੱਤੇ ਸਭ ਤੋਂ ਉੱਤੇ ਫਰੰਟ ਤੇ ਗੁੱਸਾ ਲੱਗਿਆ ਫੜੋ। ਹਾਂ, ਆ 2000 ਦਾ ਹੈ ਖਾਨ ਬਾਬਾ ਹੋਟਲ। ਹਾਂਜੀ। ਉੱਥੇ ਕੀ ਮਿਲਦਾ ਹੈ? ਉੱਥੇ ਹਰ ਚੀਜ਼ ਤੁਹਾਡੀ ਮਿਲੇਗੀ, ਪੰਜਾਬੀਆਂ ਦੀ ਵੀ, ਗੋਰਿਆਂ ਦੀ ਵੀ, ਤੇ ਹਰ ਚੀਜ਼ ਤੁਹਾਨੂੰ ਮਿਲੇਗੀ ਉੱਥੇ। ਹਾਏ 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 ਹਾਏ। ਤਾਂ ਇੱਕ ਹੋਰ ਦੱਸੋ, ਇੱਥੇ ਆਵਾਮ ਦੇ ਕੀ ਮਸਲੇ ਆ? ਇੱਥੇ ਆਵਾਮ ਦੇ ਸਿਰਫ ਇਹੀ ਮਸਲੇ ਨੇ, ਇੱਕ ਸਰ ਮਹਿੰਗਾਈ, ਮਹਿੰਗਾਈ ਗੁਰਬਤ ਬਹੁਤ ਜ਼ਿਆਦਾ ਹੋ ਗਈ ਹੈ। ਹਾਂਜੀ, ਠੀਕ ਹੈ। ਇੱਕ ਤਾਂ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ, ਜਿਹੜੀ ਚੀਜ਼ ਮਿਸਾਲ ਤੁਸੀਂ ਦੇਖ ਲਓ, ਪੈਟਰੋਲ ਨੂੰ ਦੇਖ ਲਓ ਤੁਸੀਂ, ਪੈਟਰੋਲ ਪਹਿਲੇ ਹੈਗਾ ਸੀ 80-85 ਰੁਪਏ ਆਵਾਮ ਪਵਾ ਲੈਂਦੀ ਹੁੰਦੀ ਸੀ ਪੈਟਰੋਲ, ਹੁਣ ਪੈਟਰੋਲ ਚਲੇ ਗਿਆ 140 ਰੁਪਏ ਲੀਟਰ, ਠੀਕ ਹੈ। ਮਿਰਚਾਂ ਚਲੀ ਗਈਆਂ 400 ਰੁਪਏ ਕਿਲੋ, ਜਿਹੜੀਆਂ ਵੈਸੇ ਸਬਜ਼ੀ ਤੋਂ ਪਹਿਲੇ ਫ੍ਰੀ ਦੇ ਦਿੰਦੇ ਹੁੰਦੇ ਸਨ। ਹਾਂਜੀ।
ਤੇ ਬਸ ਇਹੀ ਆਵਾਮ ਨੂੰ ਹੋਰ ਕੁਛ ਵੀ ਨਹੀਂ, ਅੱਲਾਹ ਪਾਕ ਦਾ ਬਹੁਤ ਸ਼ੁਕਰ ਹੈ, ਬਹੁਤ ਜਿੰਦਾ ਦਿਲਾਂ ਲੋਰ ਖੁਸ਼ ਹੈਗੇ ਆ। ਵਾਹੀ ਵਾਹ ਨਵਾਬੀ ਵੈਦਰ ਦਾ ਵਿਕਾਸ ਕੋਣ ਤਾਂ 600 ਦਾ 600 ਵਾਲਾ ਸਰ ਉਹ ਥੱਲੇ ਸਲੀਪਲੈਸ ਪਿਆ। ਆਹਾ ਕਾਫੀ ਤਕਰੀਬਨ ਕੋਈ 2-2.5 ਮਹੀਨੇ ਤਕਰੀਬਨ ਸ਼ੋਪਾਂ ਬੰਦ ਰਹੀਆਂ ਤੇ ਕਾਫੀ ਮਤਲਬ ਕਰੋਨਾ ਬਸ ਇੱਕ ਬੜੀ ਗੰਦੀ ਮਰਜ਼ ਹੈਗੀ ਸੀ। ਹਾਂਜੀ ਠੀਕ ਹੈ, ਤੇ ਅੱਲਾਹ ਪਾਕ ਜੀ ਉਹਨੂੰ ਉਹਦੇ ਤੋਂ ਸਭ ਨੂੰ ਬਚਾ ਕੇ ਰੱਖੇ ਹਾਲੇ ਵੀ, ਅਤੇ ਹੁਣ ਤਾਂ ਬਸ ਲੱਗੇ ਹੋਏ ਹਾਂ ਵਿੱਚ ਕੁਛ ਹੜਤਾਲਾਂ ਹੋਈਆਂ ਨੇ, ਕੁਛ ਕਰੋਨਾ ਦੀ ਵਜ੍ਹਾ ਤੋਂ ਟਾਈਮ ਦਾ ਵੀ ਕਰ ਲੈਂਦੇ ਨੇ ਸ਼ੋਰਟ ਵਗੈਰਾ, ਕੁਛ ਛੁੱਟੀਆਂ ਵੀ ਦੇ ਦਿੰਦੇ ਨੇ, ਲਿਹਾਜ਼ਾ ਅੱਲਾਹ ਪਾਕ ਜੀ ਇਸ ਮਰਜ਼ ਤੋਂ ਸਭ ਨੂੰ ਬਚਾਵੇ। ਜ਼ਿਆਦਾ ਕੰਮ ਤੁਹਾਡਾ ਵਿਆਹ ਸ਼ਾਦੀਆਂ ਦੇ ਹੁੰਦਾ ਜਾਂ ਆਮ ਸਾਲ ਦੇ ਵਿੱਚ? ਸਾਰੀ ਗੱਲ ਕਿ ਦੁਕਾਨ ਇੱਕ ਭਾਜੀ ਤਾਂ ਪੂਰਾ ਸਾਲ ਖੋਲ੍ਹਣੀ ਪੈਣੀ ਹੈ, 365 ਦਿਨ ਚਲਾਉਣੇ ਪੈਣੇ ਨੇ, ਉਹਨਾਂ ਵਿੱਚ ਕੈਜੂਲੀ ਵੀ ਚੱਲਦੇ ਨੇ, ਫੈਂਸੀ ਵੀ ਚੱਲਦੇ ਨੇ। ਹੁਣ ਕੈਜੂਲੀ ਜਿਹੜੇ ਨੇ ਉਹ ਆਮ ਦਿਨਾਂ ਦੇ ਵਿੱਚ, ਗਰਮੀਆਂ ਦੇ ਵਿੱਚ ਜਿਹੜਾ ਵਿਆਹ ਸ਼ਾਦੀਆਂ ਦਾ ਸੀਜ਼ਨ ਘੱਟ ਹੁੰਦਾ, ਸਰਦੀ ਸ਼ੁਰੂ ਹੋ ਗਈ ਹੈ, ਕਰੋਨਾ ਖਤਮ ਹੋ ਗਿਆ, ਇੱਧਰ ਥੋੜ੍ਹਾ ਜਿਹਾ ਲੋਕ ਵਿਆਹ ਵਾਲੇ ਪਾਸੇ ਵੀ ਮੁੰਡੇ ਬੇਤਾਬ ਹੋਏ ਪਏ ਨੇ ਵਿਚਾਰੇ ਵਿਆਹਾਂ ਤੋਂ। ਹੈ ਸਹੀ ਗੱਲ, ਸਹੀ ਗੱਲ। ਚਲੋ ਸ਼ੁਕਰੀਆ ਜਨਾਬ ਸਰ, ਤੁਹਾਡੀ ਮਿਹਰਬਾਨੀ।